नाल दो मुद्दे होर जोड़ लो, बेरोजगारी का भी ते फिर कह दो महंगाई का भी। कोई एक भी वर्ग अजिहा नहीं होएगा जिहड़ा नाल नहीं जुड़ेगा। इत्थे ही असीं गलती खा रहे हैं क्योंकि उहदे हेठला ढांचा असीं नज़र दे साडे नहीं आ रहा। पोलिटिकल चेंज ही इहदा आंसर जे। ਆਦੀ ਵੀ ਹਾਸਲ ਨਹੀਂ ਸੀ ਹੋਣੀ ਜੇ 80% ਇਹ ਪੰਜਾਬੀ ਮੋਹਰੀ ਨਾਲ ਲੱਗੇ ਹੁੰਦੇ। ਜਿਹੜਾ ਵੀ ਕੋਈ ਹੱਕ ਮੰਗਦਾ ਜੇ ਉਹ ਬਗਾਵਤ ਹੀ ਕਰਦਾ ਗਿਣਿਆ ਜਾਂਦਾ। ਕਿਸਾਨੀ ਅੰਦੋਲਨ ਜਿਸ ਰੋਹ ਤੇ ਪਹੁੰਚ ਗਿਆ ਉੱਥੇ ਹੁਣ ਬਹੁਤ ਸਾਰੀਆਂ ਚੀਜ਼ਾਂ ਵਿਚਾਰਨ ਯੋਗ ਨੇ, ਸਾਂਭਣ ਯੋਗ ਨੇ ਤੇ ਸਮਝਣ ਯੋਗ ਨੇ, ਕਿਉਂਕਿ ਇਹਦਾ ਰਾਜਨੀਤਿਕ ਪ੍ਰਪੇਖ ਵੀ ਹੈ, ਲੋਕਾਂ ਦੇ ਹੱਕਾਂ ਦੀ ਗੱਲ ਵੀ ਹੈ ਤੇ ਇਹਦੇ ਵਿੱਚ ਜਿਹੜੀ ਹਲੀਮੀ ਤੇ ਸਮਝ ਨਾਲ ਚੱਲਣ ਵਾਲੇ ਲੋਕ ਨੇ, ਜਿਹੜੇ ਬੁੱਧੀਜੀ ਵਰਗ ਹੈ, ਉਹ ਵੀ ਆਪਣਾ ਸੱਜਦਾ ਪੁੱਜਦਾ ਹਿੱਸਾ ਪਾ ਰਿਹਾ ਹੈਗਾ। ਅੱਜ ਅਸੀਂ ਚੰਡੀਗੜ੍ਹ ਦੇ ਕਿਸਾਨ ਭਵਨ 'ਚ ਆ ਤੇ ਇੱਥੇ ਸਾਡੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੀ, ਉਹਨਾਂ ਨਾਲ ਗੱਲ ਕਰਾਂਗੇ ਕਿ ਜਿਹੜਾ ਇਸ ਟਾਈਮ ਗੱਲ ਪਹੁੰਚ ਗਈ ਹੈ, ਹੁਣ ਇੱਕ ਜਿਹੜਾ ਡੈਡਲੌਕ ਬਣਿਆ ਸਰਕਾਰ ਦੇ ਵਿਚਾਲੇ, ਉਹ ਕਿਉਂ ਟੁੱਟਣ ਦਾ ਨਾਂ ਨਹੀਂ ਲੈ ਰਿਹਾ ਤੇ ਸਰਕਾਰ ਜਿਹੜੀ ਨਵੀਆਂ ਨਵੀਆਂ ਘਾੜਾਂ ਕੱਢ ਰਹੀ ਹੈਗੀ ਹੈ, ਉਹਦਾ ਕੀ ਪ੍ਰਪੇਖ ਹੈ ਸਾਰਾ? ਹਰਸ਼ਿੰਦਰ ਜੀ, ਤੁਹਾਡਾ ਵੀ ਸਵਾਗਤ ਕਰਨਾ ਜੀ। ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਾਹੀਂ ਸੁਣਨ ਵਾਲੇ ਸਾਰਿਆਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ ਨਿੱਘੀ ਫਤਿਹ ਜੀ। ਇੱਕ ਨਾ ਸਰਕਾਰ ਤੇ ਕਿਸਾਨਾਂ ਵਿਚਾਲੇ ਇੱਕ ਡੈਡਲੌਕ ਚੱਲ ਰਿਹਾ ਲਗਾਤਾਰ ਨਾ, ਕਿ ਉਹਦੇ 'ਚ ਨਵੀਆਂ ਨਵੀਆਂ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ, ਉਸ ਨੂੰ ਤੁਸੀਂ ਸਾਰਿਆਂ ਨੂੰ ਕਿੱਦਾਂ ਦੇਖਦੇ ਹੋ, ਕਿੱਦਾਂ ਪ੍ਰਭਾਵ ਪਾ ਰਿਹਾ ਸਾਰਿਆਂ ਨੂੰ? ਦੇਖੋ, ਜਿਵੇਂ ਮੈਂ ਹੁਣੇ ਅੰਦਰ ਲੈਕਚਰ 'ਚ ਵੀ ਗੱਲ ਕੀਤੀ ਸੀ, ਦਰਅਸਲ ਅਸੀਂ ਉਹਦਾ ਇੱਕ ਪਹਿਲੂ ਫੜ ਰਹੇ ਹਾਂ ਜੀ, ਟਿਪ ਆਫ ਦੀ ਆਈਸਬਰਗ, ਕਿ ਅਸੀਂ ਸਿਰਫ ਇੱਕ ਯਾਨੀ ਨੁਕਤਾ ਲੱਭ ਲਿਆ ਕਿ ਅਸੀਂ ਸਿਰਫ ਇੱਕ ਬੰਦੇ ਨੂੰ ਢਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਥੇ ਹੀ ਅਸੀਂ ਗਲਤੀ ਖਾ ਰਹੇ ਹਾਂ ਕਿਉਂਕਿ ਉਹਦੇ ਹੇਠਲਾ ਢਾਂਚਾ ਅਸੀਂ ਨਜ਼ਰ ਦੇ ਸਾਡੇ ਨਹੀਂ ਆ ਰਿਹਾ। ਹੁਣ ਉਹ ਹੇਠਲੇ ਢਾਂਚੇ 'ਚ ਕੌਣ ਬੈਠੇ ਨੇ? ਇਹਨਾਂ ਦੇ ਹੀ ਰਿਸ਼ਤੇਦਾਰੀਆਂ ਦੇ ਵਿੱਚੋਂ ਜੋ ਸਕੱਤਰ ਬਣੇ ਬੈਠੇ ਨੇ, ਜਿਨ੍ਹਾਂ ਨੇ ਕਾਨੂੰਨ ਘੜਨ ਵਿੱਚ ਮਦਦ ਕੀਤੀ, ਫਿਰ ਉਸ ਪੋਲੀਟੀਕਲ ਮਾਸਟਰ ਲਈ ਜਿਹੜੀਆਂ ਕਾਰਪੋਰੇਟ ਘਰਾਣਿਆਂ ਨੇ ਫਾਈਨੈਂਸ਼ੀਅਲ ਮਦਦ ਕੀਤੀ, ਫਿਰ ਉਹ ਉਸੇ ਦੀ ਸਪੋਰਟ ਵਿੱਚ ਨੇ। ਉਸ ਤੋਂ ਥੱਲੇ ਜੁਡੀਸ਼ਰੀ, ਜਿਹਨੇ ਸਾਰੀਆਂ ਸਾਡੀਆਂ ਗੱਲਾਂ ਜਦੋਂ ਕੋਰਟਾਂ 'ਚ ਜਾਣੀਆਂ ਉਹ ਸਾਂਭਣੀਆਂ ਜਾਂ ਉਹਦੇ 'ਤੇ ਨਿਆਂ ਦੇਣਾ, ਉਹ ਸਾਰਾ ਇਹਨਾਂ ਤੋਂ ਹੀ ਅੱਗੋਂ ਰਿਟਾਇਰਮੈਂਟ ਤੋਂ ਬਾਅਦ ਮੁਨਾਫੇ ਵਾਸਤੇ ਕਿ ਮੈਨੂੰ ਪੋਸਟਾਂ ਮਿਲ ਜਾਣ, ਉਹ ਤੁਹਾਡੇ ਸਾਹਮਣੇ ਜੇ ਸਾਰੇ ਹੀ ਰਿਟਾਇਰ ਤਾਂ ਹੁੰਦੇ ਹੀ ਨਹੀਂ, ਇਹ ਵਾਪਸ ਜਾਂਦੇ ਨੇ, ਸੋ ਉਹ ਇੱਕ ਥੰਮ ਦਾ ਹੇਠਾਂ ਬੈਠਾ ਜੇ ਜੜ੍ਹਾਂ ਦੇ ਵਿੱਚ। ਫਿਰ ਉਹਦੇ ਨਾਲ ਜੁੜੀ ਜੇ ਉਹ ਸਾਰਾ ਪੁਲਿਸ ਦਾ ਮਹਿਕਮਾ ਜਿਹੜਾ ਇਸ ਅਦਾਰੇ ਦੇ ਨੂੰ ਯਾਨੀ ਸਿੰਜਦਾ ਪਿਆ ਜੇ, ਸੋ ਉਹ ਸਾਰੇ ਦਾ ਸਾਰਾ ਨੈਕਸਸ ਦੇ ਹੇਠਾਂ ਜਿਹੜਾ ਸਭ ਤੋਂ ਮੇਨ ਗੜ੍ਹ ਜੇ ਉਹ ਜੇ ਸਾਡੇ ਗੁੰਡਾ ਜੋ ਅਨਸਰ ਹੈ। ਹੁਣ ਇਹ ਸਾਡੀ ਨਜ਼ਰੀ ਨਹੀਂ ਪਿਆ, ਅਸੀਂ ਇੱਕ ਨੂੰ ਟਾਰਗੇਟ ਕੀਤਾ ਪਰ ਇਹ ਭੁੱਲ ਗਏ ਕਿ ਜੁਡੀਸ਼ਰੀ ਵੀ ਸਾਡੇ ਵਿਰੁੱਧ, ਪੁਲਿਸ ਵੀ ਸਾਡੇ ਵਿਰੁੱਧ, ਅਤੇ ਕਾਰਪੋਰੇਟ ਘਰਾਣੇ ਵੀ, ਫਾਈਨੈਂਸ਼ੀਅਲ ਸਾਰਾ ਸਪੋਰਟ ਵੀ, ਸਾਰਾ ਬੈਂਕ ਸਿਸਟਮ ਵੀ, ਯਾਨੀ ਇੱਕ ਵੀ ਚੀਜ਼ ਅਜਿਹੀ ਨਹੀਂ ਜਿਹੜੀ ਸਾਡੇ ਹੱਕ ਵਿੱਚ ਹੋਏ। ਤਾਂ ਫਿਰ ਇਹ ਤਬਦੀਲ ਕਿਵੇਂ ਹੋਏ? ਆਪਾਂ ਇੱਕ ਨਾਲ ਸਿਰਫ ਜੂਝਦੇ ਰਹੇ ਹਾਂ, ਉਹਦਾ ਮਤਲਬ ਇਹ ਕਿ ਸਾਨੂੰ ਆਪਣਾ ਢਾਂਚਾ ਵੀ ਉਸੇ ਪੱਧਰ ਤੋਂ ਮਜ਼ਬੂਤ ਕਰਨਾ ਪਏਗਾ। ਯਾਨੀ ਅਸੀਂ ਜੇ ਇਹ ਜੰਗ ਜਿੱਤਣੀ ਹੈ ਤਾਂ ਇਹਨੂੰ ਲੰਮੀ ਰੇਸ ਦੇ ਵਿੱਚ ਲਈਏ ਕਿ ਪਹਿਲਾਂ ਸਾਡੇ ਕਿਸਾਨਾਂ ਦੇ ਜਾਂ ਸਾਡੇ ਕਿਰਤੀਆਂ ਦੇ ਪੁੱਤਰ ਧੀਆਂ ਇਸ ਪਾਸੇ ਵੱਲ ਤੁਰਨ, ਕਿ ਸਿਰਫ ਬਾਹਰ ਉਡਾਰੀ ਨਹੀਂ ਮਾਰਨੀ, ਅਸੀਂ ਇੱਧਰਲਾ ਪਾਸਾ ਵੀ ਦੇਖਣਾ ਕਿ ਸਾਡੇ ਹੀ ਇਹਨਾਂ ਦੇ ਪੁੱਤਰ ਧੀਆਂ IAS 'ਚ ਵੀ ਬਣਨ, IPS ਵੀ ਬਣਨ, ਜੁਡੀਸ਼ਰੀ 'ਚ ਵੀ ਜਾਣ, ਮੀਡੀਆ 'ਚ ਜਾਣ, ਕਾਰਪੋਰੇਟ ਘਰਾਣਿਆਂ ਵਿੱਚ ਵੀ ਉੱਧਰ ਨਿਕਲਣ, ਫਿਰ ਅਲਟੀਮੇਟਲੀ ਕਿਵੇਂ ਕਰਿਓ, ਅਲਟੀਮੇਟਲੀ ਫਿਰ ਇਹ ਜਦੋਂ ਸਾਰਾ ਢਾਂਚਾ ਬਦਲੇਗਾ ਤਾਂ ਪੋਲੀਟੀਕਲ ਚੇਂਜ ਹੀ ਇਹਦਾ ਆਨਸਰ ਜੇ। ਕਿਉਂਕਿ ਅੱਜ ਦੇ ਦਿਨ ਧਾਰਮਿਕ ਪਾੜ ਇਹਨਾਂ ਨੇ ਹਮੇਸ਼ਾ ਤੋਂ ਜਿੱਤਦੇ ਰਹੇ ਨੇ ਇਹੋ ਜਿਹੀਆਂ ਚਾਲਾਂ ਤੋਂ, ਇਸ ਵਾਰ ਉਸ ਚਾਲ ਤੋਂ ਸ਼ੁਕਰ ਹੈ ਕਿ ਅਸੀਂ ਪਹਿਲਾਂ ਸਮਝ ਆ ਚੁੱਕੀ ਸੀ, ਬਚ ਗਏ ਹਾਂ। ਕਿਉਂਕਿ ਹਿੰਦੂ ਸਿੱਖ ਪਾੜ ਜਾਂ ਹਿੰਦੂ ਮੁਸਲਮਾਨ ਪਾੜ ਇਹ ਪੁਰਾਣੀਆਂ ਚਾਲਾਂ ਸੀ, ਲੋਕ ਸਮਝੇ ਜਾਗੇ, ਨਵੀਂ ਪੀੜ੍ਹੀ ਇਸ ਪ੍ਰਤੀ ਜਾਗਰੂਕ ਸੀ। ਅੱਤਵਾਦੀ ਕਹਿਣਾ ਇਹ ਹਮੇਸ਼ਾ ਤੋਂ ਹੀ ਜੇ, ਇਹ ਸਾਡੇ ਸਿਰਫ ਹਿੰਦੁਸਤਾਨ 'ਚ ਹੀ ਨਹੀਂ, ਬਾਹਰ ਵੀ ਮੁਲਕਾਂ 'ਚ ਦੇਖੋ ਨਾ, ਤੇ ਜਿਹੜਾ ਵੀ ਕੋਈ ਹੱਕ ਮੰਗਦਾ ਜੇ ਉਹ ਬਗਾਵਤ ਹੀ ਕਰਦਾ ਗਿਣਿਆ ਜਾਂਦਾ। ਸੋ ਇਹ ਚੀਜ਼ ਤੋਂ ਕੋਈ ਯਾਨੀ ਫਰਕ ਸਾਨੂੰ ਪੈਂਦਾ ਹੀ ਨਹੀਂ, ਇਹ ਤਾਂ ਜਾਣੀ ਬੁੱਝੀ ਗੱਲ ਹੈ। ਪਰ ਸੰਘਰਸ਼ ਨੂੰ ਤੋੜਨ ਦੇ ਯਤਨ ਵੀ ਬੜੀ ਵਾਰ ਫੇਲ ਹੋ ਗਏ, ਹੁਣ ਅਸੀਂ ਅਗਾਂਹ ਸਿਰਫ ਇੱਕ ਕਾਨੂੰਨ ਜੇ ਵੱਲ ਟਿਕੇ ਰਹਿ ਗਏ ਤਾਂ ਅਸੀਂ ਥੋੜੀ ਗਿਣਤੀ ਹੀ ਜੁੜਾਂਗੇ, ਹੌਲੀ ਹੌਲੀ ਲੋਕ ਝੜਨ ਲੱਗ ਜਾਂਦੇ ਨੇ, ਇਹਦਾ ਮਤਲਬ ਹੋਰ ਮੁੱਦੇ ਜਮ੍ਹਾਂ ਕਰੀਏ। ਮੈਂ ਥੋੜੀ ਗੱਲ ਟੋਕ ਰਿਹਾ ਨਾ, ਪਰ ਹਾਲ ਦੀ ਘੜੀ ਆਪਾਂ ਜੇ ਦੇਖਿਆ ਜਾਵੇ ਨਾ, ਤੇ ਸਰਕਾਰਾਂ ਨੇ ਉਹ ਸਾਰੇ ਆਪਣੇ ਵਰਤ ਲੈਣੇ, ਆਪਾਂ ਮੰਨਦੇ ਹਾਂ ਕਿ ਸਾਡੇ ਬੱਚਿਆਂ ਨੂੰ ਵੀ ਅੱਗੇ ਆਉਣਾ ਪਏਗਾ, ਪੋਲੀਟੀਕਲੀ ਸਾਨੂੰ ਦੇਖਣਾ ਪਏਗਾ, ਸਾਰਾ ਸਿਨੈਰੀਓ ਕੀ ਚੱਲ ਰਿਹਾ, ਪਰ ਸਰਕਾਰ ਜੋ ਅੱਜ ਕਰ ਰਹੀ ਹੈ ਉਹਨੂੰ ਕਿੱਦਾਂ ਦੇਖਦੇ? ਮੈਂ ਉਹੀ ਕਹਿ ਰਹੀ ਹਾਂ ਕਿ ਹੁਣ ਇਸ 'ਚ ਥੋੜੇ ਮੁੱਦੇ ਐਡ ਕਰ ਲਓ ਜੀ, ਯਾਨੀ ਅਸੀਂ ਵੀ ਰੰਗ ਭਰੀਏ, ਸਰਕਾਰ ਨੇ ਰੰਗ ਭਰ ਲਏ, ਸਾਡੀ ਹੁਣ ਮੁੱਦਾ ਜੇ ਕਿ ਮਹਿੰਗਾਈ,
ਉਹਦਾ ਮਤਲਬ ਹੈ ਕਿ ਇੱਕ ਸਾਡਾ 85% ਜਿਹੜਾ ਲੋਕ ਨੇ ਨਾ ਹਿੰਦੁਸਤਾਨ ਦੇ ਸਾਰੇ ਜੁੜ ਜਾਣਗੇ ਇੱਕੋ ਸਕਿੰਟ ਦੇ ਵਿੱਚ ਕਿ ਮੁੱਦਾ ਇਹ ਵੀ ਨਾਲ ਜੁੜਿਆ ਜਿਵੇਂ ਉਹ ਮੁੱਦੇ ਲੱਭ ਰਹੇ ਨੇ ਨਾ ਸਾਨੂੰ ਵੰਡਣ ਦੇ ਅਸੀਂ ਮੁੱਦੇ ਲੱਭੀਏ ਆਪਣੀ ਤਾਕਤ ਇਕੱਠੀ ਕਰਨ ਦੀ ਕਿ ਇਕੱਲੇ ਕਿਸਾਨੀ ਮੁੱਦਾ ਹੈ ਹੀ ਨਹੀਂ ਫਿਰ ਸਾਡੀ ਹਿੰਦੁਸਤਾਨ ਦੀ 82% ਜਨਤਾ ਬੇਰੁਜ਼ਗਾਰੀ ਨਾਲ ਜੂਝ ਰਹੀ ਹੈ ਯਾਨੀ ਦੋ ਹੀ ਮੁੱਦੇ ਮੈਂ ਤਾਂ ਤੁਹਾਨੂੰ ਵੱਡੇ ਕਹਿ ਰਹੀ ਹਾਂ ਕਿਸਾਨੀ ਸੰਘਰਸ਼ ਤਾਂ ਜਾਰੀ ਰਹਿਣਾ ਹੀ ਹੈ ਨਾਲ ਦੋ ਮੁੱਦੇ ਹੋਰ ਜੋੜ ਲਓ ਬੇਰੁਜ਼ਗਾਰੀ ਦਾ ਵੀ ਅਤੇ ਫਿਰ ਕਹਿ ਦਿਓ ਮਹਿੰਗਾਈ ਦਾ ਵੀ ਕੋਈ ਇੱਕ ਵੀ ਵਰਗ ਅਜਿਹਾ ਨਹੀਂ ਹੋਏਗਾ ਜਿਹੜਾ ਨਾਲ ਨਹੀਂ ਜੁੜੇਗਾ ਅਤੇ ਜਦੋਂ ਪੂਰਾ ਹਿੰਦੁਸਤਾਨ ਖੜਾ ਹੋਏਗਾ ਤਾਂ ਫਿਰ ਫਰੈਂਚ ਰੈਵੋਲਿਊਸ਼ਨ ਆ ਕੇ ਰਹੇਗੀ ਫਿਰ ਨਹੀਂ ਹਟ ਸਕਦੀ ਤੁਸੀਂ ਮੰਨਦੇ ਹੋ ਕਿ ਜਿਹੜਾ ਹੁਣ ਮੁੱਦਾ ਤੇਲਾਂ ਦਾ ਤੇਲ ਪਾਣੀ ਜਿਹੜਾ ਮਹਿੰਗਾ ਹੋ ਰਿਹਾ ਸਾਰਾ ਇਹ ਵੀ ਮੁੱਦਾ ਹੈਗਾ ਸਰਕਾਰ ਵੱਲੋਂ ਇਸ ਨੂੰ ਢਾਲਣ ਵਾਸਤੇ ਬਿਲਕੁਲ ਬਹੁਤ ਜ਼ਿਆਦਾ ਵੱਡਾ ਮੁੱਦਾ ਜੇ ਮੈਂ ਤਾਂ ਕਹਿ ਰਹੀ ਹਾਂ ਮਹਿੰਗਾਈ ਜਿੱਥੇ ਆਮ ਬੰਦਾ ਚੀਕਾਂ ਮਾਰਦਾ ਪਿਆ ਏ ਖਾਣ ਜੋਗਾ ਹੀ ਨਹੀਂ ਰਿਹਾ ਜਦੋਂ ਹਰ ਆਮ ਬੰਦਾ ਵੀ ਸ਼ਾਮਲ ਹੋ ਜਾਏਗਾ ਵੋਟਾਂ ਲੈਣੀਆਂ ਕਿਸ ਤੋਂ ਨੇ ਸੋ ਅਸਲ ਜ਼ੋਰ ਆਪਾਂ ਪਾਈਏ ਕਿ ਇਹਨਾਂ ਦਾ ਤਖਤਾ ਪਲਟਣਾ ਜਦੋਂ ਤਬਦੀਲੀ ਆਏਗੀ ਯਕੀਨਨ ਬਹੁਤ ਵੱਡੀ ਚੇਂਜ ਵੀ ਦਿਸੇਗੀ ਅਤੇ ਸਭ ਕੁਛ ਕਾਬੂ ਆ ਜਾਣਾ ਹਰ ਪਿੰਡ ਪੱਧਰ 'ਤੇ ਵੀ ਜਿਹੜੇ ਵੀ ਇੱਕ ਪਾਰਟੀ ਇਸ ਨਾਲ ਜੁੜੇ ਹੋਏ ਨੇ ਜਦੋਂ ਉਹਨਾਂ ਦਾ ਵਿਰੋਧ ਸ਼ੁਰੂ ਹੋਏਗਾ ਅਤੇ ਉਹ ਵੀ ਹਰ ਆਮ ਖਾਸ ਬੰਦੇ ਵੱਲੋਂ ਕਿ ਹਰ ਚੂਰਨ ਵੇਚਣ ਵਾਲਾ ਵੀ ਆ ਕੇ ਖੜਾ ਹੈ ਅਤੇ ਹਰ ਰਿਕਸ਼ੇ ਵਾਲਾ ਵੀ ਖੜਾ ਹੈ ਅਤੇ ਮੈਨੂੰ ਦੱਸੋ ਵੋਟਾਂ ਮੰਗਣ ਕਿਸ ਤੋਂ ਜਾਣੀਆਂ ਉਹ ਆਪਣੇ ਆਪ ਇਹ ਕਾਨੂੰਨ ਬਦਲਣ ਵੱਲ ਨੂੰ ਤੁਰਨਗੇ ਕਾਨੂੰਨਾਂ ਦੇ ਨੇੜੇ ਗੱਲ ਕਰ ਰਹੇ ਤੁਸੀਂ ਡਾਕਟਰੀ ਪੇਸ਼ ਤੋਂ ਜੁੜੇ ਹੋਏ ਹਾਂ ਸਮਾਜਿਕ ਕਾਰਕੁਨ ਵੀ ਹੋ ਤੁਸੀਂ ਨਾ ਅਤੇ ਤੁਸੀਂ ਆਪਣੇ ਪੇਸ਼ ਨਾਲ ਜੁੜੇ ਹੋਏ ਇਸ ਨੂੰ ਕਿੱਦਾਂ ਦੇਖਦੇ ਹੋ ਕਿ ਇਹ ਸਾਨੂੰ ਕਿੱਦਾਂ ਪ੍ਰਭਾਵਿਤ ਕਰ ਰਿਹਾ ਸਾਰੇ ਕਾਨੂੰਨ ਨੇ ਜਾਂ ਹੋਰ ਚੱਲ ਦੇਖੋ ਕਿਉਂਕਿ ਇਹ ਸਟ੍ਰੈਸ ਲੈਵਲ ਬਹੁਤ ਜ਼ਿਆਦਾ ਵਧਾ ਚੁੱਕਾ ਸਾਡੇ ਕਿਸਾਨ ਵੀਰ ਬਹੁਤ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਨੇ ਮੈਂ ਆਪ ਉਸ ਸੰਘਰਸ਼ 'ਚ ਜਾ ਕੇ ਦੇਖ ਕੇ ਆਈ ਹਾਂ ਬਹੁਤ ਵੱਡੀ ਗਿਣਤੀ 'ਚ ਨੇ ਜਿਹੜੇ ਇਸ ਵੇਲੇ ਕੋਈ ਬਲੱਡ ਪ੍ਰੈਸ਼ਰ ਨਾਲ ਜੂਝ ਰਿਹਾ ਕੋਈ ਸ਼ੱਕਰ ਰੋਗ ਨਾਲ ਜੂਝ ਰਿਹਾ ਕਿਸੇ ਦੀ ਧੀ ਵਿਆਉਣ ਜੋਗੀ ਪਈ ਹੈ ਕਿਸੇ ਦਾ ਘਰ ਕੰਸਟਰਕਸ਼ਨ ਲਈ ਪਿਆ ਯਾਨੀ ਉਹ ਅੰਡਰ ਸਟ੍ਰੈਸ ਨੇ ਇਸ ਵੇਲੇ ਬਹੁਤ ਜ਼ਿਆਦਾ ਸੋ ਜਿੱਥੇ ਪੋਜ਼ਿਟਿਵ ਜੋ ਮੀਡੀਆ ਰੋਲ ਅਦਾ ਕਰ ਸਕਦਾ ਕਿ ਲਗਾਤਾਰ ਇੱਕ ਪਾਸੇ ਸਾਨੂੰ ਹੱਲਾਸ਼ੇਰੀ ਦੇਣ ਦੀ ਉਹਨਾਂ ਨੂੰ ਲੋੜ ਹੈ ਆਪ ਨਾਲ ਸ਼ਾਮਲ ਹੋਣ ਦੀ ਲੋੜ ਹੈ ਉੱਥੇ ਜੇ ਉਹਨਾਂ ਨੂੰ ਅਸੀਂ ਅਗਵਾਈ ਦੇਣ ਯੋਗ ਅਜਿਹੇ ਯੋਧੇ ਨਾਲ ਐਡ ਆਨ ਕਰ ਦਈਏ ਜਿਹੜੇ ਪੰਜਾਬ ਲਈ ਮਰ ਮਿਟਣ ਨੂੰ ਤਿਆਰ ਹੋਣ ਤਾਂ ਇਸ ਸੰਘਰਸ਼ ਵਿੱਚ ਇੱਕ ਹੋਰ ਤਗੜੀ ਜਾਨ ਪੈ ਸਕਦੀ ਹੈ ਕਿਉਂਕਿ ਇਸ ਵੇਲੇ ਮਹਾਂਪੰਚਾਇਤਾਂ ਵਿੱਚ ਸਾਨੂੰ ਪਤਾ ਹੈ ਲੋਕ ਬਹੁਤ ਵੱਡੀ ਗਿਣਤੀ 'ਚ ਜੁੜ ਰਹੇ ਨੇ ਪਰ ਉਹਨਾਂ 'ਚ ਕਿਸਾਨ ਵੱਧ ਨੇ ਪਰ ਤੋਮਰ ਤਾਂ ਕਹਿ ਰਹੇ ਨੇ ਕਿ ਭੀੜ ਇਕੱਠੀ ਕਰਨ ਵਾਲੇ ਰੱਦ ਨਹੀਂ ਹੋਣੇ ਹਾਂਜੀ ਮੈਂ ਇਸੇ ਲਈ ਤੁਹਾਨੂੰ ਕਿਹਾ ਸੀ ਕਿ ਸਿਰਫ ਇੱਕ ਭੀੜ ਉਹਨਾਂ ਨੂੰ ਅੱਜ ਦਿਖ ਰਹੀ ਹੈ ਜਦੋਂ ਇੱਕ ਰਿਕਸ਼ੇ ਵਾਲਾ ਵੀ ਇਹਨਾਂ ਦੀ ਸੰਘ ਫੜੇਗਾ ਅਤੇ ਜਦੋਂ ਇੱਕ ਰੇਹੜੀ ਵਾਲਾ ਵੀ ਫੜੇਗਾ ਅਤੇ ਜਦੋਂ ਹਰ ਬੇਰੁਜ਼ਗਾਰ ਨੌਜਵਾਨ ਵੀ ਫੜੇਗਾ ਫਿਰ ਕਿੱਥੇ ਜਾਣਗੇ ਤੇ ਦੂਸਰੀ ਨਹੀਂ ਮੈਂ ਇੱਕ ਵੱਡੀ ਗੱਲ ਹੋਰ ਦੱਸਣਾ ਚਾਹੁੰਦੀ ਹਾਂ ਕਿ ਇਹਨਾਂ ਨੂੰ ਸ਼ਾਇਦ ਗਲਤ ਫਹਿਮੀ ਹੈ ਕਿ ਇਹ ਸੰਘਰਸ਼ ਦੇ ਰਾਹ 'ਚੋਂ ਉਪਜੇ ਨੇ ਸੰਘਰਸ਼ ਸਭ ਜਾਣਦੇ ਨੇ ਕੌਣ ਕਿਸ ਥਾਂ ਤੋਂ ਕਰਕੇ ਇੱਥੇ ਤੱਕ ਨਿਕਲਿਆ ਤਾਂ ਆਜ਼ਾਦੀ ਵੀ ਹਾਸਲ ਨਹੀਂ ਸੀ ਹੋਣੀ ਜੇ 80% ਇਹ ਪੰਜਾਬੀ ਮੋਹਰੀ ਨਾਲ ਲੱਗੇ ਹੁੰਦੇ ਸੋ ਇਹ ਜੋ ਸੰਘਰਸ਼ ਦਾ ਇੱਕ ਨਵਾਂ ਰੂਪ ਹੈ ਇਹਨਾਂ ਨੂੰ ਅਜੇ ਸਿਰਫ ਉਹ ਪੱਖ ਦਿਖ ਰਿਹਾ ਹੈ ਜਿਹੜਾ ਇਹ ਸਬਰ ਸੰਤੋਖ ਅਤੇ ਜਿੱਥੇ ਸ਼ਾਂਤਮਈ ਢੰਗ ਨਾਲ ਤੁਰ ਰਿਹਾ ਹੈ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਇਹਨਾਂ ਦੇ ਹੀ ਪੁੱਤਰ ਨੇ ਜੋ ਫੌਜ ਦੇ ਵਿੱਚ ਗਏ ਹੋਏ ਨੇ ਇਹਨਾਂ ਦੇ ਹੀ ਪੁੱਤਰ ਨੇ ਵੱਡੀ ਗਿਣਤੀ 'ਚ ਜੋ ਪੁਲਿਸ ਦੇ ਮਹਿਕਮੇ 'ਚ ਨੇ ਜਦੋਂ ਇਹ ਇੰਨੀ ਵੱਡੀ ਪੱਧਰ 'ਤੇ ਬਗਾਵਤ ਸ਼ੁਰੂ ਹੁੰਦੀ ਜੇ ਅਤੇ ਜਿੰਨੀ ਲਮਕਾਈ ਜਾਓਗੇ ਸਮਾਂ ਤਾਂ ਆ ਹੀ ਚੱਲਿਆ ਤਬਦੀਲੀ ਆ ਹੀ ਜਾਣੀ ਹੈ ਅਤੇ ਉਦੋਂ ਕਿੱਥੋਂ ਫਿਰ ਲਿਆਓਗੇ ਮੈਂ ਤਾਂ ਹੁਣ ਵੀ ਲਾਸਟ ਟਾਈਮ ਇਹੀ ਪੁੱਛਿਆ ਸੀ ਛਾਤੀਆਂ ਕਿੱਥੋਂ ਲਿਆਓਗੇ ਗੋਲੀਆਂ ਖਾਣ ਲਈ ਤਾਂ ਇਹ ਸੰਘਰਸ਼ੀ ਤਾਂ ਪੰਜਾਬੀ ਯੋਧੇ ਹੀ ਰਹੇ ਨੇ ਸੋ ਇਹਨਾਂ ਨੂੰ ਕੁਚਲ ਨਹੀਂ ਸਕਦੇ ਅਤੇ ਹੁਣ ਤਾਂ ਇਹ ਪੰਜਾਬੀ ਮਸਲਾ ਹੀ ਨਹੀਂ ਰਿਹਾ ਪੂਰੇ ਹਿੰਦੁਸਤਾਨ ਦਾ ਮਸਲਾ ਹੈ ਸਿਰਫ ਇੰਨੀ ਕੁ ਗੱਲ ਜੇ ਦੋ ਚੀਜ਼ਾਂ ਹੋਰ ਨਾਲ ਜੋੜ ਲੈਣ ਮਹਿੰਗਾਈ ਦਾ ਅਤੇ ਬੇਰੁਜ਼ਗਾਰੀ ਦਾ ਮੁੱਦਾ ਤਾਂ ਪੂਰਾ ਹਿੰਦੁਸਤਾਨ ਉਥਲ ਪੁਥਲ ਹੋ ਜਾਣਾ ਜੇ ਸਾਂਭਿਆ ਹੀ ਨਹੀਂ ਜਾਣਾ ਸਵਾਲ ਵੈਸੇ ਬਣਦਾ ਨਹੀਂ ਹੈ ਪਰ ਇਹ ਮੈਂ ਕਰਨਾ ਮੇਰਾ ਮਨ ਕਰਦਾ ਕਿ ਕਰਨਾ ਚਾਹੀਦਾ ਹੈ ਕਿ ਅੰਦੋਲਨ ਸ਼ਾਂਤਮਈ ਰਿਹਾ ਹੈ ਪਰ ਸਰਕਾਰ ਨਹੀਂ ਹਿੱਲੀ ਕੀ ਇਹ ਸ਼ਾਂਤਮਈ ਤਰੀਕੇ ਨਾਲ ਜੰਗ ਜਿੱਤੀ ਜਾ ਸਕਦੀ ਹੈ ਬਹੁਤ ਸਾਰੀਆਂ ਤਾਂ ਜੰਗਾਂ ਜਿਹੜੀਆਂ ਨੇ ਉਹ ਟੇਬਲ ਦੇ ਉੱਤੇ ਹੀ ਫੈਸਲੇ ਹੋਇਆ ਕਰਦੇ ਨੇ ਪਰ ਅੱਤ ਦਾ ਤਾਂ ਅੰਤ ਹੁੰਦਾ ਹੀ ਜੇ ਦੇਖੋ ਮੈਂ ਗੱਲ ਕਰਦੀ ਹਾਂ ਨਨਕਾਣੇ ਸਾਕੇ ਦੀ ਜੋ ਕਿਉਂਕਿ ਸੌਵਾਂ ਵਰ੍ਹਾ ਹੋ ਕੇ ਹਟਿਆ ਸ਼ਾਂਤਮਈ ਸੰਘਰਸ਼ ਦੇ ਨਾਲ ਉੱਥੇ ਜੋ ਬੁੱਚਰੀ ਹੋਈ ਸੀ ਸਾਨੂੰ ਪਤਾ ਜਿਸ ਤਰੀਕੇ ਦਾ ਉੱਥੇ ਉਹਨਾਂ ਨੇ ਖਿਮਾ ਕਰਿਓ ਸ਼ਬਦ ਹਲਾਲ ਕੀਤਾ ਗਿਆ ਸੀ ਉਹਨਾਂ ਨੂੰ ਉਸ ਤੋਂ ਬਾਅਦ ਫਿਰ ਕੀ ਹੋਇਆ ਕੋਈ ਜਾਤ ਪਾਤ ਧਰਮ ਨਹੀਂ ਨਾ ਰਿਹਾ ਸਾਰੇ ਖੜ੍ਹੇ ਹੋ ਗਏ ਸਨ ਅਤੇ ਫਿਰ ਝੱਬਰ ਜੀ ਨੇ ਇੱਕ ਜੋ ਕੰਮ ਉਸ ਸਮੇਂ ਕੀਤਾ ਸੀ 2200 ਸਿਰ ਬੰਦਿਆਂ ਨੂੰ ਲਿਜਾ ਕੇ ਵੀ ਜੋ ਉਹ ਕੀਤਾ ਜੇ ਹੁਣ ਆ ਰਹੀ ਆਪਾਂ ਸਾਡੇ ਨਾਲ ਵੀ ਕਰ ਦਿਓ ਅਤੇ ਫਿਰ ਸਰਕਾਰ ਸਾਰੀ ਹਿੱਲ ਗਈ ਸੀ ਚਾਬੀਆਂ ਚੁੱਪ ਚੁਪੀਤੇ ਫੜਾ ਦਿੱਤੀਆਂ ਗਈਆਂ ਸੋ ਸੰਘਰਸ਼ ਇਸ ਤਰੀਕੇ ਚੱਲਦਾ ਤਾਂ ਠੀਕ ਹੈ ਪਰ ਜਦੋਂ ਅੱਤ ਹੋਏਗੀ ਨਾ ਫਿਰ ਟਿਕੈਤ ਜੀ ਵਰਗੇ ਖੜ੍ਹੇ ਹੋਣਗੇ ਆ ਜਾਓ ਹੁਣ ਫਿਰ
सामने सामने दी सही जे तुसी उस तरीके नहीं समझदे तो इस तरीके ही आओ तो उदों इन्हां तों फिर यह बगावत चली नहीं जानी क्योंकि ये शांतमई ढंग नाल जिन्नी वड्डी पद्धर ते बगावत है जदों ये खड़े होए ना भी आजो हुण आर पार दी जंग विच फिर ये खड़े नहीं हो सकन लगे। बहुत बहुत शुक्रिया हरशिंदर जी। तो कहना का कहना है कि अत जिहड़ी हुंदी है माड़ी है तो जिहड़ी बगावत अत नाल हुंदी है तो फिर वह भी खतरनाक हुंदी है, पर उन्हां दा यह भी कहना है कि असीं शांतमई तरीके नाल चलने हैं तो शांतमई तरीके नाल रहना है। तो साडा यही एक संदेश आप सभी दर्शकों भी है कि यह शांतमई तरीके नाल जिहड़ा अंदोलन चलिया ये जरूर पूरा होवे। बहुत बहुत शुक्रिया जी।